35 तो 40 साल के करीब इन्हों का पुराना घलाड़ चल रहा है। तो देख सकते हो कि भारी गिनती के जेडे इतने गाहक रोज़ आते हैं, तो नाल ही सवाल लेंदे ने गुड़ खा के, उस तो बाद जिहड़ा नाल पैक करा के लेके भी जाते। 15 किल्लियां दे विच बापू जी उन्होंने गन्ना लाया होया है सिर्फ कला गुड़ कढ़न दे लई। पर साडा बजुर्ग करदे जी, पर साडा बाबा जी करदे जी, उहदे बाद मैं आ गया जी। ਰਸ ਕੱਢਦੇ ਆ, ਦੇਖੋ ਰਸ ਹੋਰ ਨਿਕਲ ਰਿਹਾ ਕਲਾੜੀ ਦਾ। ਉਹਦੇ ਬਾਅਦ ਆਪਣਾ ਫਿਰ ਰਸ ਉੱਧਰੋਂ ਪਾ ਲਈਦਾ ਟਾਪੇ 'ਚ, ਇਹ ਪਕਾ ਕੇ ਫਿਰ ਗੁੜ ਬਣਾਈਦਾ। ਇਹ 'ਚ ਕੋਈ ਮਿਲਾਵਟ ਨਹੀਂ, ਕੋਈ ਕੁਛ ਨਹੀਂ ਕਰੀਦਾ ਹੁੰਦਾ, ਬਿਲਕੁਲ ਰਿਜਨਲ ਗੁੜ ਹੈ ਤੁਹਾਡਾ। ਫਿਰ ਉਹਦੇ ਵਿੱਚ ਪਾਉਂਗੇ ਜਾਂ ਮਾਰ ਕੇ ਹਾਂ ਬੜੀ ਹਾਂ ਆ ਫੋੜੀ ਮਾਰ ਕੇ ਜਾਂ ਬਣ ਗਿਆ ਹੈ ਨਾ, ਸਾਨੂੰ ਪਤਾ ਲੱਗ ਜਾਂਦਾ ਸੀ ਨਾ, ਐਂ ਬੱਤੀ ਵੱਟ ਕੇ ਨਾ ਐਂ ਮਾਰਦੇ ਇਹਦੇ ਨਾਲ, ਜਾਂ ਕੜਕ ਦੇਗਾ ਹੋ ਗਿਆ ਸਾਹਮਣੇ ਬਣ ਗਿਆ। ਇੱਥੋਂ ਫਿਰ ਚੱਕ ਕੇ ਸੁਕਾ ਕੇ ਮੰਜਿਆਂ 'ਤੇ ਟਿੱਟਾ 'ਤੇ ਅਤੇ ਫਿਰ ਅੱਗੇ ਰੱਖਿਆ ਜਾਂਦਾ ਜੀ। ਵਾਲਾ ਮੰਗਦਾ ਹੈ ਕਈ, ਮੈਨੂੰ ਸਾਫ ਦਿਓ ਜੀ, ਇਹ ਤਾਂ ਕਰੇ ਸਾਫ ਬਣਾਉਣੀ ਪੈਂਦੀ ਹੈ, ਸੌ ਬੜਾ ਪਤਾ ਲੱਗਦਾ ਜੀ। ਪੀਪੀ ਵਾਲੇ ਮਸਾਲਾ ਵੀ ਪਾਉਂਦੇ ਹੈ, ਰੰਗ ਵੀ ਪਾਉਂਦੇ ਹੈ, ਜਿਹੜੇ ਆਪਣੇ ਉਰੇ ਬਣਦਾ ਉਰੇ ਕੋਈ ਮਸਾਲਾ ਨਹੀਂ, ਕੋਈ ਖੰਡ ਨਹੀਂ, ਕੋਈ ਕੋਈ ਮਿਲਾਵਟ ਨਹੀਂ ਹੈ। ਉੱਬੜੀ ਜਾਣਾ ਕਿੰਨੇ ਗੁੜ ਬਣ ਜਾਣਾ, ਕਾੜਾ ਹੋ ਜਾਣਾ। ਪਹਿਲਾਂ ਅਸੀਂ ਆਪਣੇ ਖੇਤਾਂ 'ਚ ਘਲਾੜੇ ਲਾਈ ਵੀ ਸੀ, 20-20 ਕਿੱਲੇ ਗੰਨੇ, ਕਹਿੰਦੇ ਗੱਪੇ ਘਲਾੜ ਲਾ ਲੈਣਾ, ਫਿਰ ਹੌਲੀ ਹੌਲੀ ਅਸੀਂ ਤੁਰੇ ਆ ਗਏ ਰੋਡ 'ਤੇ ਵੀ, ਚਲੋ 4 ਪੈਸੇ ਬਣਦੇ ਹੈ, ਇਹ ਨਾਲੇ ਦੁਨੀਆ ਕੀ ਵਾਕ ਵੀ ਤਾਂ ਬਣਦੀ ਹੈ। ਗੁੜ ਦੇ ਵਿੱਚ ਕੈਲਸ਼ੀਅਮ ਬਹੁਤ ਹੈ, ਗੁੜ ਤਾਕਤ ਬਹੁਤ ਹੈ, ਕਹਿੰਦਾ ਲੱਸੀ ਵੇਲੇ ਪੀਣ ਨੂੰ, ਗੁੜ ਮੇਰੇ ਖਾਣ ਨੂੰ, ਵੇਖ ਮੇਰੇ ਮਿੱਤਰਾਂ ਲੋਹੇ ਵਰਗੀ ਜਾਣ ਨੂੰ, ਇੰਨੀ ਵਧੀਆ ਚੀਜ਼ ਹੈ ਗੁੜ। ਗੁੜ ਵਿੱਚ ਸ਼ੂਗਰ ਹੈ ਹੀ ਉਹ ਨਹੀਂ ਹੈ। ਹੁਣ ਮੇਰਾ ਬਾਪੂ ਜੀ ਦੀ ਉਮਰ ਹੋ ਗਈ 100 ਸਾਲ ਦੀ, ਐਨਕਾਂ ਵੀ ਉਸ ਤਰ੍ਹਾਂ ਹੀ ਹੈ, ਆਪਣਾ ਅਖਬਾਰ ਵੀ ਪੜ੍ਹਦੇ ਪਾਠ ਵੀ ਕਰਦੇ ਹੈ। 71-70 ਸਾਲ ਦੀ ਮੇਰੀ ਹੋ ਗਈ, ਮੇਰਾ 52 ਕਾ ਜਨਮ ਹੈ। ਮੈਨੂੰ ਵੀ ਵਾਹਿਗੁਰੂ ਦੀ ਕਿਰਪਾ ਨਾਲ ਕੋਈ ਕੁਛ ਨਹੀਂ, ਬਾਪੂ ਜੀ ਕੁਛ ਨਹੀਂ, ਅਸੀਂ ਖਾਂਦੇ ਹੀ ਗੁੜ ਹੈ। ਅਸੀਂ ਤਾਂ ਘਰਾਂ ਕਦੀ ਖੰਡ ਵਰਤਦੇ ਹੀ ਨਹੀਂ ਹੈ, ਰਿਸ਼ਤੇਦਾਰ ਵੀਰ ਕੋਈ ਕੜਾਹ ਬਣਾਉਣਾ, ਚੀਜ਼ ਲਾਉਣੀ ਤਾਂ ਆਪਣੇ ਸ਼ੱਕਰ ਦੀ ਬਣਾਉਣੀ, ਕਿਆ ਫਾਇਦਾ ਜੀ ਆਪਾਂ ਦੁੱਧ 'ਚ ਪਾਉਣੀ ਹੈ, ਇੱਕ ਚਮਚਾ ਪਾ ਲਓ ਅਤੇ ਘੋਟ ਨਾਲੇ ਘੋਟ ਜਾਣਾ। ਜਿਹੜੇ ਇਹ ਬਾਹਰ ਲੱਗ ਗਿਆ, ਸੌਂਫ ਪਾ ਦਿੱਤੀ, ਘਿਓ ਪੈ ਗਿਆ, ਮੁੱਖਬੜੀ ਲੱਗ ਗਈ, ਇਹ ਸਪੈਸ਼ਲ ਹੀ ਹੋ ਗਿਆ ਜੀ। ਇੱਥੇ ਵੀ ਕਿੰਨੇ ਵੱਡੇ ਮਰਜ਼ੀ 5-star ਦੇ ਵਿੱਚ ਚੱਲ ਜੀ, ਅਸੀਂ ਖਾਣਾ ਖਾਣ ਤੋਂ ਬਾਅਦ ਜੇ ਗੁੜ ਨਹੀਂ ਖਾਧਾ ਤਾਂ ਫਿਰ ਜਿਹੜਾ ਖਾਣਾ ਖਾਣ ਦਾ ਜਿਹੜਾ ਕਹਿੰਦੇ ਨੇ ਨਾ ਕਿ ਉਹ ਸਵਾਦ ਅਧੂਰਾ ਰਹਿ ਜਾਂਦਾ। ਬੜੇ ਬੜੇ ਹੋਟਲਾਂ ਵਾ ਵੀ ਸਪੈਸ਼ਲ ਲਿਖਿਆ ਵਾ ਵੀ ਗੁੜ ਵਾਲੀ ਚਾਹ ਪੀਓ, ਵੀ ਖੰਡ ਇੰਨੀ ਖਤਰਨਾਕ ਹੈ, ਵੀ ਖਤਰਨਾਕ ਹੈ ਜੀ। ਪੰਜਾਬ ਦੀ ਹਰ ਵੱਡੀ ਖਬਰ ਅਤੇ ਵੱਡਾ ਇੰਟਰਵਿਊ ਸਭ ਤੋਂ ਪਹਿਲਾਂ ਦੇਖਣ ਲਈ ਡਾਊਨਲੋਡ ਕਰੋ ਪ੍ਰੋ ਪੰਜਾਬ ਟੀਵੀ ਦਾ ਮੋਬਾਈਲ ਐਪ। ਪੰਜਾਬ ਦੇ ਵਿਰਸੇ ਦੀ ਜੇ ਗੱਲ ਕਰੀਏ ਤਾਂ ਪੰਜਾਬ ਦੇ ਕਲਚਰ ਦੇ ਵਿੱਚ ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਇੱਕ ਆਪਣੀ ਥਾਂ ਰੱਖਦਾ, ਅਤੇ ਉੱਥੇ ਗੁੜ ਵੀ ਪੰਜਾਬ ਅਤੇ ਪੰਜਾਬੀ ਦੀ ਇੱਕ ਪਰਪੱਕ ਨਿਸ਼ਾਨੀ ਹੈ। ਪੰਜਾਬੀ ਜਿੱਥੇ ਵੀ ਚਲਾ ਜਾਵੇ ਰੋਟੀ ਖਾਣ ਤੋਂ ਬਾਅਦ ਗੁੜ ਖਾਧੇ ਬਿਨਾਂ ਰੋਟੀ ਦਾ ਨਜ਼ਾਰਾ ਨਹੀਂ ਆਉਂਦਾ, ਅਤੇ ਅੱਜ ਤੁਹਾਨੂੰ ਦਿਖਾਵਾਂਗੇ ਕਿ ਇਹ ਗੁੜ ਕਿਵੇਂ ਬਣਦਾ ਹੈ। ਘਲਾੜ 'ਤੇ ਲੈ ਕੇ ਆਇਆ ਤੁਹਾਨੂੰ, ਇਕੱਲਾ ਇਕੱਲਾ ਪ੍ਰੋਸੈਸ ਇਹਦਾ ਦਿਖਾਵਾਂਗੇ ਕਿ ਕਿਵੇਂ ਬਣਦਾ, ਕਿੱਥੋਂ ਬਣਾਇਆ ਜਾਂਦਾ ਅਤੇ ਕੀ ਸਾਰਾ ਇਹਦਾ ਤਰਤੀਬ ਹੈ ਅਤੇ ਕਿੰਨੇ ਸਮੇਂ ਦੇ ਵਿੱਚ ਇਹ ਤਿਆਰ ਹੁੰਦਾ। ਤਾਂ ਆ ਜਾਓ ਅੱਜ ਦਿਖਾਉਣਾ ਤੁਹਾਨੂੰ ਪੰਜਾਬ ਦੀ ਇੱਕ ਮਿਠਾਸ ਭਰੀ ਜਿਹੜੀ ਡਿਸ਼ ਹੈ ਗੁੜ, ਉਸਨੂੰ ਕਿਵੇਂ ਤਿਆਰ ਕੀਤਾ ਜਾਂਦਾ ਉਹ ਤੁਹਾਨੂੰ ਦਿਖਾਉਣ ਲੱਗਿਆਂ। ਬਾਪੂ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋ ਪੰਜਾਬ ਟੀਵੀ 'ਤੇ ਜੀ। ਠੀਕ ਹੈ ਜੀ, ਤੁਹਾਡਾ ਹੀ ਬਹੁਤ ਧੰਨਵਾਦ ਹੈ ਤੁਸੀਂ ਆਏ ਸਾਡੇ ਘਲਾੜੇ 'ਚ। ਆਏ ਕਿੰਨਾ ਸਮਾਂ ਹੋ ਗਿਆ ਬਾਪੂ ਜੀ ਹੁਣ ਚਲਾਉਂਦਿਆਂ ਨੂੰ ਤੁਹਾਨੂੰ? ਸਾਨੂੰ 30 ਸਾਲ ਹੋ ਗਏ ਜੀ ਲਗਾਤਾਰ ਚੱਲਦਿਆਂ ਨੂੰ ਸਾਨੂੰ। ਹਾਂਜੀ, ਸਭ ਤੋਂ ਪਹਿਲਾਂ ਤੁਹਾਡੇ ਵੱਡੇ ਵਡੇਰਿਆਂ ਨੇ ਸ਼ੁਰੂ ਕੀਤਾ ਹੋਵੇ? ਹਾਂਜੀ, ਪਹਿਲਾਂ ਸਾਡਾ ਬਜ਼ੁਰਗ ਕਰਦੇ ਜੀ, ਪਹਿਲਾਂ ਸਾਡਾ ਬਾਬਾ ਜੀ ਕਰਦੇ ਜੀ, ਉਹਦੇ ਬਾਅਦ ਮੈਂ ਆ ਗਿਆ ਜੀ ਹੁਣ ਕਰਦੇ। ਹਾਂਜੀ, ਅਕਸਰ ਉਹੀ ਗੱਲ ਦੇਖਦੇ ਹਾਂ ਜਦੋਂ ਵੀ ਇਹ ਹਾਈਵੇ 'ਤੇ ਜਾਂਦੇ ਹਾਂ ਤਾਂ ਅਮੂਮਨ ਤੌਰ 'ਤੇ ਗੱਡੀਆਂ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ ਘਲਾੜ 'ਤੇ ਗੁੜ ਲੈਣ ਲਈ, ਪਰ ਮੈਂ ਅੱਜ ਦਿਖਾਈਏ ਵੀ ਸ਼ਹਿਰੀਆਂ ਨੂੰ ਬਣਦਾ ਕਿਵੇਂ, ਅਸਲ 'ਚ ਘਲਾੜ ਕਿਵੇਂ ਕੰਮ ਕਰਦਾ, ਕਿਵੇਂ ਗੰਨੇ ਤੋਂ ਗੁੜ ਤਿਆਰ ਕੀਤਾ ਜਾਂਦਾ। ਪਹਿਲਾਂ ਅਸੀਂ ਜੀ ਖੇਤਾਂ ਵਿੱਚ ਗੁੜ ਗੰਨਾ ਤਿਆਰ ਕਰਦੇ ਹਾਂ ਜੀ, ਫਿਰ ਗੰਨਾ ਵੱਢ ਕੇ ਲਿਆ ਕੇ ਉਰੇ ਘਲਾੜ ਲਿਆ ਪਹੁੰਚਾਉਂਦੇ ਹਾਂ ਜੀ। ਪਹਿਲਾਂ ਅਸੀਂ ਰਸ ਕੱਢਦੇ ਹਾਂ, ਦੇਖੋ ਰਸ ਹੋਰ ਨਿਕਲ ਰਿਹਾ ਘਲਾੜੀ ਦਾ, ਉਹਦੇ ਬਾਅਦ ਆਪਣਾ ਫਿਰ ਰਸ ਉੱਧਰੋਂ ਪਾ ਲਈਦਾ ਟਾਪੇ 'ਚ, ਫਿਰ ਪਕਾ ਕੇ ਫਿਰ ਗੁੜ ਬਣਾਈਦਾ। ਇਹ 'ਚ ਕੋਈ ਮਿਲਾਵਟ ਨਹੀਂ, ਕੋਈ ਕੁਛ ਨਹੀਂ ਕਰੀਦਾ ਹੁੰਦਾ, ਬਿਲਕੁਲ ਰਿਜਨਲ ਗੁੜ ਹੈ ਤੁਹਾਡਾ। ਇਹ ਗੰਨਾ ਬਾਪੂ ਜੀ ਫਿਰ ਤੁਸੀਂ ਆਪ ਹੀ ਬੀਜਦੇ ਹੋ ਕਿ ਗੰਨਾ ਲੈ ਕੇ ਆਉਂਦੇ ਹੋ? ਨਾ ਜੀ, ਆਪਣਾ ਬੀਜਦੇ ਅਸੀਂ, ਆਪਣੇ ਬੀਜੇ 15-16 ਕਿੱਲੇ ਬੀਜੇ ਪਏ। ਕਿੰਨੀ ਏਕੜ 'ਚ ਬੀਜੇ ਤੁਸੀਂ ਗੰਨੇ? 15 ਏਕੜ 'ਚ।
ਗੰਦੇ ਨਾਲੇ ਕਾ ਪਾਣੀ ਲੱਗਦਾ ਉਹ ਗੰਨਾ ਰਸ ਵੀ ਸਲੂਣਾ ਹੋ ਜਾਂਦਾ ਉਹ ਤਾਂ ਗੁੜ ਵੀ ਸਲੂਣਾ ਹੋ ਜਾਂਦਾ।
ਕਿਉਂਕਿ ਕਈ ਆਪਾਂ ਦੇਖਦੇ ਹਾਂ ਅੱਜ ਕੱਲ੍ਹ ਜਿਹੜੇ ਗੁੜ ਆਉਂਦੇ ਨੇ ਬਾਜ਼ਾਰਾਂ ਦੇ ਵਿੱਚ ਬਣੇ ਬਣਾਏ ਟਿੱਕੀਆਂ ਉਹਨਾਂ ਦੀਆਂ ਜਿਹੜੀਆਂ ਮਿਲਦੀਆਂ ਨੇ, ਕਈ ਖਾਰੇ ਗੁੜ ਹੁੰਦੇ ਨੇ ਜੇ ਆਪਾਂ ਕਹਿ ਦਈਏ ਤਾਂ ਨਮਕ ਦੀ ਉਹਨਾਂ ਦੇ ਵਿੱਚੋਂ ਟੇਸਟ ਆਉਂਦਾ ਗਾ। ਉਹ ਯੂਪੀ ਦਾ ਗੁੜ ਹੈ ਜੀ, ਯੂਪੀ ਵਾਲੇ ਮਸਾਲਾ ਵੀ ਪਾਉਂਦੇ ਆ, ਯੂਪੀ ਵਾਲੇ ਮਸਾਲਾ ਵੀ ਪਾਉਂਦੇ ਆ, ਰੰਗ ਵੀ ਪਾਉਂਦੇ ਆ, ਜਿਹੜੇ ਆਪਣੇ ਉਰੇ ਬਣਦਾ ਉਰੇ ਕੋਈ ਮਸਾਲਾ ਨਹੀਂ, ਕੋਈ ਖੰਡ ਨਹੀਂ, ਕੋਈ ਕੋਈ ਮਿਲਾਵਟ ਨਹੀਂ ਆਪਣੀ। ਹਾਂਜੀ ਅੱਛਾ, ਉਹ ਨਮਕਾ ਚੌਦਾ ਹੋਵੇਗਾ ਕਿਉਂ ਲੂਣ ਪਾ ਦਿੰਦੇ ਨੇ ਉਹਦੇ ਵਿੱਚ? ਨਹੀਂ ਨਹੀਂ, ਉਹ ਯੂਪੀ 'ਚ ਗੰਨਾ ਖਾਰਾ ਹੈ ਅਤੇ ਪਾਣੀ ਖਾਰਾ ਨਾ, ਉੱਥੇ ਫਿਰ ਲੂਣ ਗੁੜ ਵੀ ਖਾਰਾ ਹੀ ਬਣਦਾ। ਬਾਈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਵੀਰੇ ਪਹਿਲਾਂ ਤਾਂ ਇਹ ਦੱਸੋ ਕਿ ਡੇਲੀ ਦਾ ਤੁਸੀਂ ਕਿੰਨਾ ਜਿਹੜਾ ਗੁੜ ਕੱਢ ਲੈਂਦੇ ਹੋ, ਕਿੰਨਾ ਬਣਾ ਲੈਂਦੇ ਹੋ? ਫਿਰ 3-4 ਕੁਇੰਟਲ ਗੁੜ ਕੱਢ ਦਿੰਦੇ ਆ। ਹਾਂਜੀ, ਸੇਲ ਹੋ ਜਾਂਦਾ 3-4 ਕੁਇੰਟਲ? ਇੱਕ ਵਾਰ ਤਸਵੀਰਾਂ ਕੈਮਰਾਮੈਨ ਕਹੋਗੇ ਉਹ ਵੀ ਦਿਖਾਈ ਜਾਂ ਦੇਖ ਸਕਦੇ ਹੋ ਕਿਵੇਂ ਉਬਲ ਰਿਹਾ ਗਏ। ਹੁਣ ਮੰਨ ਲਓ ਤਿਆਰ ਆ ਪੂਰਾ ਬਣ ਕੇ? ਨਹੀਂ ਹਜੇ ਤਿਆਰ ਨਹੀਂ ਹੈ, ਹਜੇ ਤਾਂ 1 ਘੰਟਾ ਪੱਕੂਗਾ, ਇਹ ਘੰਟੇ ਬਾਅਦ ਬਣ ਕੇ ਫਿਰ ਤਿਆਰ ਹੋਊਗਾ। ਅੱਛਾ ਭੂਜੀ, ਉਹੀ ਹੈ ਇਹ ਮੈਲ ਕੱਢ ਚੁੱਕੇ ਹੋ ਸੀ ਹੁਣ, ਇਹਦੀ ਮੈਲ ਤੋਂ ਬਾਅਦ ਜਿਹੜਾ ਬਚ ਗਿਆ? ਹਾਂ, ਇਹ ਵੀ ਮੈਲ ਚੱਕਣੀ ਹੈ ਅਲੱਗ ਅਲੱਗ, ਤੇ ਇਹ ਵੀ ਹੋਰ ਚੱਕਣੀ ਹੈ। ਫਿਰ ਇਹਨਾਂ ਜੂ ਉਬਲੀ ਜਾਣਾ, ਉਬਲੀ ਜਾਣਾ, ਇਹਨਾਂ ਗੁੜ ਬਣ ਜਾਣਾ, ਕਾੜਾ ਹੋ ਜਾਣਾ। ਗੰਨੇ ਦੀ ਫਸਲ ਜਿਵੇਂ ਤੁਸੀਂ ਕਰ ਰਹੇ ਹੋ ਤਾਂ ਗੰਨੇ ਦੀ ਫਸਲ ਵੀ ਤਾਂ ਮੌਸਮ ਤੇ ਡਿਪੈਂਡ ਕਰਦੀ ਹੈ, ਕਿਉਂਕਿ ਜਿਸ ਹਿਸਾਬ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਮੈਲ ਕੱਢ ਕੇ ਉਸ ਤੋਂ ਬਾਅਦ ਰਾਸੀ ਬਹੁਤ ਥੋੜਾ ਰਹਿ ਜਾਂਦਾ ਹੋਣਾ, ਗੰਨਾ ਹੀ ਬਹੁਤ ਲੱਗਦਾ ਹੋਣਾ, ਗੰਨੇ ਦੀ ਲਾਗਤ ਇੰਨੇ ਰਹਿੰਦਾ। ਇਹ ਤਾਂ ਇਹ ਫਲਾਵਟ ਹੁੰਦੀ ਹੈ, ਇਹ ਤਾਂ ਝੱਗ ਹੁੰਦੀ ਹੈ ਨਾ ਕਾਸੀ ਦੀ, ਇਹ ਝੱਗੇ ਸਮੇਂ ਤੱਕ ਇੰਨੀ ਮੈਲ ਨਹੀਂ ਹੁੰਦੀ ਆ। ਗੰਨੇ ਦੀ ਖਪਤ ਕਿੰਨੀ ਲੱਗ ਜਾਂਦੀ ਮਹੀਨੇ ਦੀ ਜੀ? ਮਹੀਨੇ ਦਾ ਲੱਗ ਜਾਂਦਾ ਜੀ ਸਾਡਾ 2 ਕਿੱਲੇ। ਹਾਂਜੀ, 2 ਏਕੜ ਠੀਕ ਹੈ। ਇਹ ਸ਼ੁਰੂ ਤੋਂ ਫਿਰ ਬਾਪੂ ਜੀ ਤੁਹਾਡੇ ਜਦੋਂ ਬਜ਼ੁਰਗ ਵੀ ਕਰਦੇ ਸੀਗੇ ਤਾਂ ਉਸ ਤੋਂ ਬਾਅਦ ਫਿਰ ਤੁਸੀਂ ਇੱਥੇ ਆਉਣ ਲੱਗੇ, ਉਹਨਾਂ ਤੋਂ ਤੁਸੀਂ ਸਭ ਸਿੱਖਿਆ? ਸਿੱਖਿਆ ਜੀ, ਪਹਿਲਾਂ ਅਸੀਂ ਆਪਣੇ ਖੇਤਾਂ 'ਚ ਘਲਾੜੇ ਲਾਈ ਵੀ ਤੀ, 20-20 ਕਿੱਲੇ ਗੰਨੇ, ਕਹਿੰਦੇ ਗੱਬੇ ਘਲਾੜ ਲਾ ਲੈਣਾ। ਫਿਰ ਹੌਲੀ ਹੌਲੀ ਅਸੀਂ ਉਰੇ ਆ ਗਏ, ਰੋਡ 'ਤੇ ਵੀ ਚਲੋ 4 ਪੈਸੇ ਬਣਦੇ ਹੈ, ਇਹ ਨਾਲੇ ਦੁਨੀਆ ਕੀ ਵਾਕ ਵੀ ਤਾਂ ਬਣਦੀ ਹੈ। ਹਾਂਜੀ ਹਾਂਜੀ ਬਿਲਕੁਲ, ਮੈਂ ਜਿਵੇਂ ਗੱਲ ਕਰ ਰਿਹਾ ਸੀ, ਮੈਂ ਗੁੜ ਤੋਂ ਬਿਨਾਂ ਪੰਜਾਬ ਦੇ ਵਿੱਚ ਜਿਵੇਂ ਮੱਕੀ ਦੀ ਰੋਟੀ ਸਰ੍ਹੋਂ ਦਾ ਸਾਗ ਕਿਹਾ ਜਾਂਦਾ ਹੈਗਾ, ਉਵੇਂ ਗੁੜ ਵੀ ਜਿਹੜਾ ਗੁੜ ਖਾਧੇ ਬਿਨਾਂ ਪੰਜਾਬੀਆਂ ਨੂੰ ਬਾਅਦ ਦੇ ਵਿੱਚ ਆਪਾਂ ਕਹਿੰਦੇ ਹਾਂ ਰੋਟੀ ਖਾਣ ਤੋਂ ਬਾਅਦ ਸਵੀਟ ਡਿਸ਼ ਚਾਹੀਦੀ ਹੈ, ਤਾਂ ਗੁੜ ਦੀ ਜਿਹੜੀ ਹੈ ਆਪਦੇ ਹੀ ਉਹਦੀ ਇੱਕ ਅਲੱਗ ਵਿਸ਼ੇਸ਼ਤਾ ਹੈ। ਗੁੜ ਦੇ ਵਿੱਚ ਕੈਲਸ਼ੀਅਮ ਬਹੁਤ ਹੈ, ਗੁੜ ਤਾਕਤ ਬਹੁਤ ਹੈ, ਕਹਿੰਦਾ ਲੱਸੀ ਵੇਲੇ ਪੀਣ ਨੂੰ, ਗੁੜ ਮੇਰੇ ਖਾਣ ਨੂੰ, ਵੇਖ ਮੇਰੇ ਮਿੱਤਰਾਂ ਲੋਹੇ ਵਰਗੀ ਜਾਣ ਨੂੰ, ਇੰਨੀ ਵਧੀਆ ਚੀਜ਼ ਹੈ ਗੁੜ। ਆਪਾਂ ਰੋਟੀ ਖਾਂਦੇ ਹਾਂ ਇੰਨਾ ਗੁੜ ਖਾ ਲਓ ਜਦ ਹੀ ਹਾਜ਼ਮ ਹੋ ਜਾਂਦੀ, ਕੋਈ ਦਵਾਈ ਕੀ ਲੋੜ ਨਹੀਂ, ਕਿਸੇ ਕੀ ਚੀਜ਼ ਲੋੜ ਨਹੀਂ ਹੈਗੀ। ਕਿਉਂਕਿ ਪਹਿਲਾਂ ਤਾਂ ਜਦੋਂ ਮਾਤਾ ਹੋ ਰਹੀਆਂ ਬੇਬੇ ਹੋ ਰਹੀਆਂ ਜੋ ਚੂਰੀ ਬਣਾਉਂਦੀਆਂ ਤਾਂ ਉਦੋਂ ਵੀ ਅਮੂਮਨ ਤੌਰ 'ਤੇ ਗੁੜ ਦੀ ਚੂਰੀ ਖਾਧੀ ਜਾਂਦੀ ਸੀ, ਇਹ ਤਾਂ ਹੁਣ ਉਸ ਤੋਂ ਬਾਅਦ ਲੋਕ ਜਦੋਂ ਡਾਇਟਿੰਗ ਡਿਊਟਿੰਗ ਕਰਨ ਲੱਗ ਗਏ ਜਾਂ ਆਪਦੇ ਸਰੀਰ ਨੂੰ ਫਿੱਟ ਰੱਖਣ ਵਾਸਤੇ, ਪਰ ਮਿੱਠਾ ਤਾਂ ਕਿਤੇ ਨਾ ਕਿਤੇ ਖੰਡ ਨੂੰ ਕਹਿੰਦੇ ਆ, ਡਾਕਟਰ ਵੀ ਕਹਿੰਦੇ ਕਿ ਖੰਡ ਨਹੀਂ ਖਾਣੀ, ਪਰ ਗੁੜ ਨਹੀਂ ਕੋਈ ਕਹਿੰਦਾ ਨਾ ਜੀ। ਗੁੜ ਵਿੱਚ ਸ਼ੂਗਰ ਹੈ ਹੀ ਉਹ ਨਹੀਂ ਹੈ। ਹੁਣ ਮੇਰਾ ਬਾਪੂ ਜੀ ਦੀ ਉਮਰ ਹੋ ਗਈ 100 ਸਾਲ ਦੀ, ਐਨਕਾਂ ਵੀ ਉਸ ਤਰ੍ਹਾਂ ਹੀ ਹੈ, ਆਪਣਾ ਅਖਬਾਰ ਵੀ ਪੜ੍ਹਦੇ ਪਾਠ ਵੀ ਕਰਦੇ ਹੈ, 71-70 ਸਾਲ ਦੀ ਮੇਰੀ ਹੋ ਗਈ, ਮੇਰਾ 52 ਦਾ ਜਨਮ ਹੈ। ਮੈਨੂੰ ਵੀ ਵਾਹਿਗੁਰੂ ਦੀ ਕਿਰਪਾ ਨਾਲ ਕੋਈ ਕੁਛ ਨਹੀਂ, ਬਾਪੂ ਜੀ ਕੁਛ ਨਹੀਂ, ਅਸੀਂ ਖਾਂਦੇ ਹੀ ਗੁੜ ਹੈ, ਅਸੀਂ ਤਾਂ ਘਰਾਂ ਕਦੀ ਖੰਡ ਵਰਤਦੇ ਹੀ ਨਹੀਂ, ਰਿਸ਼ਤੇਦਾਰ ਵੀਰੀ ਕੋਈ ਕੜਾਹ ਬਣਾਉਣਾ, ਚੀਜ਼ ਬਣਾਉਣੀ ਤਾਂ ਆਪਣੇ ਸ਼ੱਕਰ ਦੀ ਬਣਾਉਣੀ ਹੈ। ਤਾਂ ਦੇਖ ਸਕਦੇ ਹੋ ਅਸੀਂ ਆ ਹੁਣ ਸਾਰਾ ਗੁੜ ਜਿਹੜਾ ਇੱਥੋਂ ਕੱਢ ਲਿਆ, ਟਿੱਕੀਆਂ ਬਣਾ ਲਈਆਂ ਗਈਆਂ ਅਤੇ ਆਹ ਮੰਜੇ 'ਤੇ ਰੱਖ ਦਿੱਤੀਆਂ ਗਈਆਂ, ਠੰਡੀਆਂ ਹੋਣ ਨੂੰ ਰੱਖੀਆਂ ਹੋਈਆਂ ਨੇ। ਤਸਵੀਰਾਂ ਤੁਸੀਂ ਵੇਖ ਸਕਦੇ ਹੋ, ਸੌਂਫ ਪਾਈ ਗਈ ਆ ਉੱਪਰ ਸਵਾਦ ਨੂੰ ਬਣਾਉਣ ਦੇ ਲਈ। ਤਾਂ ਦੇਖ ਸਕਦੇ ਹੋ ਅਸੀਂ ਇਹ ਟਿੱਕੀਆਂ ਜਿਹੜੀਆਂ ਗੁੜ ਦੀਆਂ ਬਣ ਕੇ ਤਿਆਰ ਹੋ ਗਈਆਂ ਨੇ। ਪਹਿਲਾਂ ਗਰਮ ਕੀਤਾ, ਗਰਮ ਕਰਨ ਤੋਂ ਬਾਅਦ ਇੱਥੇ ਲਿਆਂਦਾ ਜਾਂਦਾ ਅਤੇ ਹੁਣ ਟਿੱਕੀਆਂ ਕੱਢਣ ਤੋਂ ਬਾਅਦ ਇੱਥੋਂ ਹੁਣ ਬਸ ਇਹ ਠੰਡੀਆਂ ਹੋਣਗੀਆਂ। ਜਿਵੇਂ ਠੰਡੀਆਂ ਹੋਣ ਤੋਂ ਬਾਅਦ ਜਿਹੜੇ ਰਾਹਗੀਰ ਰੋਡ 'ਤੇ ਆ ਰਹੇ ਨੇ ਜਾਂ ਕੋਈ ਹੋਰ ਹੈ ਜਿਹਨੇ ਲੈਣਾ ਤਾਂ ਉਹ ਇਸ ਤੋਂ ਬਾਅਦ ਇਹਨਾਂ ਨੂੰ ਠੰਡੇ ਹੋਣ ਤੋਂ ਬਾਅਦ ਲੈ ਜਾਂਦਾ ਗਾ। ਤਾਂ ਸ਼ੱਕਰ ਇੱਕ ਹੁੰਦੀ ਆ ਬਾਬੂ, ਸ਼ੱਕਰ ਵੀ ਫਿਰ ਤੁਸੀਂ ਬਣਾਉਂਦੇ ਹੋ? ਹਾਂਜੀ, ਸ਼ੱਕਰ ਸਾਰੀ ਆਪਣੀ ਬਣਾਈ ਦਾ, ਦੇਖੋ ਸਾਰੀ ਆਪਣੀਆਂ ਆਪਣੀ ਤਿਆਰ ਕਰਦੇ ਆ। ਉਹੀ ਪ੍ਰੋਸੈਸ ਰਹਿੰਦਾ? ਹਾਂ, ਪ੍ਰੋਸੈਸ ਹੋਈ ਹੈ, ਇਹ ਥੋੜ੍ਹੀ ਝੜਾਉਣੀ ਪੈਂਦੀ ਹੈ, ਗੁੜ ਮਾੜਾ ਜਿਹਾ 2 ਮਿੰਟ ਪਹਿਲਾਂ ਤਾਰਨਾ ਪੈਂਦਾ, ਉਹ 2 ਮਿੰਟ ਥੋੜ੍ਹੀ ਚੜਾ ਕੇ ਸ਼ੱਕਰਪਾ ਬਣਦੀ ਹੈ ਜੀ। ਹਾਂ, ਤਸਵੀਰ ਤੁਸੀਂ ਦੇਖ ਸਕਦੇ ਹੋ, ਸ਼ੱਕਰ ਵੀ ਬਣਾਈ ਗਈ ਹੈਗੀ ਬਾਪੂ ਜੀ ਉਹਨਾਂ ਦੇ ਵੱਲੋਂ। ਇਹ ਸ਼ੱਕਰ ਜਿਹੜੀ ਹੈ ਇਹ ਵੀ ਇੱਥੇ ਤਿਆਰ ਕੀਤੀ ਜਾਂਦੀ ਹੈ, ਤਿਆਰ ਕਰਨ ਤੋਂ ਬਾਅਦ ਸ਼ੱਕਰ ਦੀ ਲਾਗਤ ਹੈਗੀ ਹੈ ਕਿ ਬਾਪੂ ਜੀ ਜ਼ਿਆਦਾ ਗੁੜ ਦੀ ਹੈ? ਦੋਹਾਂ ਲਾਗਤ ਦੋਹਾਂ ਜੀ, ਕਈ ਵਾਰ ਸ਼ੱਕਰ ਖਾਂਦੇ ਅਗਲਾ ਘਰਾਂ 'ਚ ਉਵੇਂ ਤਿਆਰ ਹੁੰਦਾ ਜਿਵੇਂ ਸਾਰਾ? ਹਾਂ, ਸ਼ੱਕਰ ਐਵੇਂ ਤਿਆਰ ਹੁੰਦਾ, ਸ਼ੱਕਰ ਕਾ ਫਾਇਦਾ ਜੀ, ਆਪਾਂ ਦੁੱਧ 'ਚ ਪਾਉਣੀ ਹੈ, 1 ਚਮਚਾ ਪਾ ਲਓ, ਘੋੜ ਲਓ ਨਾਲੇ ਘੋੜ ਜਾਣਾ, ਗੁੜ ਆਪਾਂ ਨੂੰ ਖਾਣਾ ਪੈਂਦਾ ਦੁੱਧ ਨਾਲ। ਹਾਂਜੀ ਹਾਂ, ਇਹ ਟਿੱਕੀ ਤੁਸੀਂ ਸਪੈਸ਼ਲ ਬਣਾਈ ਆ ਕਿਵੇਂ? ਇਹ ਸਪੈਸ਼ਲ ਪਾ ਦੇ ਤਾਂ ਮੂੰਗਫਲੀ ਦਾ ਪਾ ਦੇ, ਸੌਂਫ ਪਾ ਦੇ, ਥੋੜ੍ਹਾ ਜਿਹਾ ਘਿਓ ਪਾ ਦਿੰਦੇ ਵਿੱਚ ਦੇਸੀ। ਆਹ ਗਿਰੀਆਂ ਲੱਗੀਆਂ ਹੋਈਆਂ ਤੁਸੀਂ ਵੇਖ ਸਕਦੇ ਹੋ, ਆਹ ਮੂੰਗਫਲੀ ਦੀਆਂ ਗਿਰੀਆਂ ਲੱਗੀਆਂ ਹੋਈਆਂ, ਸੌਂਫ ਸੂੰਫ ਪਾਈ ਹੋਈ ਆ, ਨਾਰੀਅਲ ਦਾ ਵੀ ਜਿਹੜਾ ਇੱਕ ਉਹ ਹੁੰਦਾ ਪੂਰਾ ਚੂਰਾ ਜਿਹੜਾ ਉਹ ਵੀ ਉੱਪਰ ਲਗਾਇਆ ਗਿਆ, ਪੂਰੀ ਸਪੈਸ਼ਲ ਹੈ। ਸਪੈਸ਼ਲ ਹੈ ਫਿਰ? ਸਪੈਸ਼ਲ ਸਪੈਸ਼ਲ ਜੀ। ਹਾਂ, ਇਹਦੇ ਵਿੱਚ ਦੂਸਰਿਆਂ ਨਾਲ ਕੀ ਖਾਸੀਅਤ ਹੈ? ਇਹ ਦੇਖੋ ਜਿਹੜੇ ਇਹ ਬਾਹਰ ਲੱਗ ਗਿਆ, ਸੌਂਫ ਪਾ ਦਿੱਤੀ, ਘਿਓ ਪੈ ਗਿਆ, ਮੂੰਗਫਲੀ ਲੱਗ ਗਈ, ਇਹ ਸਪੈਸ਼ਲ ਹੀ ਹੋ ਗਿਆ ਜੀ ਇਹ। ਹਾਂਜੀ ਠੀਕ ਹੈ। ਅਤੇ ਬਾਪੂ ਜੀ
ਵੀ ਪਿਓਰ ਹੈ, ਇਹਦੀ ਗਰੰਟੀ ਹੈ, ਕੋਈ ਖਰਾਬ ਨਹੀਂ ਕਰਦਾ, ਜੰਮੂਗਾ ਨਹੀਂ ਸਾਡੇ ਸਿਆਲ 'ਚ, ਇੱਦਾਂ ਹੀ ਰਹੂਗਾ ਇਹ। ਬਾਕੀ ਇਹ ਮੱਕੀ ਹੈ ਆਪਣਾ, ਇਹ ਵੀ ਆਪਣਾ ਉੱਥੋਂ ਚੰਡੀਗੜ੍ਹ ਦੇ ਆਪਣਾ ਦੇ ਕਹਿੰਦੇ ਹਿਮਾਚਲ ਤੋਂ ਮੱਕੀ ਲਿਆ ਕੇ ਅਸੀਂ ਆਪਣਾ ਆਟਾ ਪਿਆ ਕੇ ਆਪਣਾ ਤਾਂ ਰੱਖਦੇ ਹਾਂ। ਤੁਹਾਡੇ ਬੱਚੇ ਹੋਣਗੇ ਉਹ ਉਹ ਵੀ ਪੂਰਾ ਇੰਟਰਸਟ ਲੈਂਦੇ ਨੇ ਕੰਮ 'ਚ, ਘਰ ਨੌਜਵਾਨ ਜਿਹੜੇ ਉਹ ਆਪਦੇ ਕੰਮ ਕਾਰਾਂ 'ਚ ਲੱਗਿਆ? ਬੱਚਾ ਮੇਰਾ ਆਪਣਾ ਟਰੈਕਟਰ ਚਲਾਉਂਦਾ, ਖੇਤੀ ਕਰਦਾ, ਹੋਰ ਕੰਮ ਕਰਦਾ ਹੈ। ਪੋਤੇ ਆਪਣੇ ਪੜ੍ਹਦੇ ਮੋਹਾਲੀ ਸਕੂਲ 'ਚ, ਇੰਟਰਨੈਸ਼ਨਲ ਦੂਰ ਸੋਚ ਪੜ੍ਹਦੇ ਆ। ਹਾਂਜੀ ਹਾਂ, ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ, ਤਸਵੀਰ ਇਹ ਖੂਬਸੂਰਤ ਜਿਹੜਾ ਨਜ਼ਾਰਾ, ਇਹ ਸਾਡਾ ਪੰਜਾਬ ਹੈ, ਪੰਜਾਬ ਦਾ ਸੱਭਿਆਚਾਰ ਹੈ, ਪੰਜਾਬ ਦਾ ਕਲਚਰ ਹੈ। ਕਿਉਂਕਿ ਗੁੜ ਜਿਹੜਾ, ਜੇ ਸਰੋਂ ਦਾ ਸਾਗ ਅਤੇ ਮੱਕੀ ਰੋਟੀ ਪੰਜਾਬ ਦੀ ਨਿਸ਼ਾਨੀ ਕਿਹਾ ਜਾਂਦਾ ਖਾਣ ਦੇ ਵਿੱਚ, ਤਾਂ ਫਿਰ ਗੁੜ ਵੀ ਇੱਕ ਆਪਣੀ ਥਾਂ ਰੱਖਦਾ। ਕਿਉਂਕਿ ਜਿੱਥੇ ਵੀ ਕਿੰਨੇ ਵੱਡੇ ਮਰਜ਼ੀ 5-star ਦੇ ਵਿੱਚ ਚੱਲ ਜਾਈਏ, ਅਸੀਂ ਖਾਣਾ ਖਾਣ ਤੋਂ ਬਾਅਦ ਜੇ ਗੁੜ ਨਹੀਂ ਖਾਧਾ ਤਾਂ ਫਿਰ ਜਿਹੜਾ ਖਾਣਾ ਖਾਣ ਦਾ ਜਿਹੜਾ ਕਹਿੰਦੇ ਨੇ ਨਾ ਕਿ ਉਹ ਸਵਾਦ ਅਧੂਰਾ ਰਹਿ ਜਾਂਦਾ। ਤਾਂ ਦੇਖ ਸਕਦੇ ਹੋ ਟਿੱਕੀਆਂ ਹੁਣ ਵਿਛਾ ਦਿੱਤੀਆਂ ਗਈਆਂ ਪੂਰੀ ਤਰ੍ਹਾਂ ਦੇ ਨਾਲ, ਸੌਂਫ ਲੱਗੀ ਗਈ ਹੈ, ਅਤੇ ਇੱਕ ਆਹ ਟਿੱਕੀਆਂ ਪਈਆਂ ਬਾਪੂ ਜਿਹੜੀਆਂ ਇੱਧਰ, ਇਹਨਾਂ ਦੇ ਉੱਪਰ ਨਹੀਂ ਸੌਂਫ ਲੱਗੀ? ਨਹੀਂ, ਕਈ ਕਹਿੰਦੇ ਸਾਨੂੰ ਵੀ ਬਗੈਰ ਤੋਂ ਸੌਂਫ ਦੇ ਦਿਓ, ਤਾਂ ਕਰਨਾ ਪੈਂਦਾ ਹੈ। ਇੱਕ ਹੁਣ ਅੱਜ ਕੱਲ੍ਹ ਚੰਗੇ ਚੰਗੇ ਹੋਟਲਾਂ ਪਰ ਲਿਖਿਆ ਵਾ ਵੀ ਗੁੜ ਵਾਲੀ ਚਾਹ ਲਿਖਿਆ ਵਾ ਨਾ, ਆਪਣਾ ਢਾਬਾ ਦੁਕਾਨਾਂ ਖੁੱਲੀਆਂ ਖਾਸ ਤੌਰ 'ਤੇ ਵੀ ਗੁੜ ਵਾਲੀ ਦਾ ਚਾਹ ਹੈਗੀ, ਚਾਹ ਪੀਓ। ਹੁਣ ਬੜੇ ਬੜੇ ਹੋਟਲਾਂ ਪਰ ਵੀ ਸਪੈਸ਼ਲ ਲਿਖਿਆ ਵਾ ਵੀ ਗੁੜ ਵਾਲੀ ਚਾਹ ਪੀਓ, ਵੀ ਖੰਡ ਇੰਨੀ ਖਤਰਨਾਕ ਹੈ, ਹੈਵੀ ਖਤਰਨਾਕ ਹੈ ਜੀ। ਹਾਂ, ਤਾਂ ਦੇਖ ਸਕਦੇ ਹੋ ਕਾ ਸਪੈਸ਼ਲ ਜਿਹੜਾ ਤੁਹਾਨੂੰ ਫੇਰ ਦਿਖਾ ਦਿੰਦੇ ਹਾਂ, ਇਹ ਸਪੈਸ਼ਲ ਟਿੱਕੀਆਂ ਨੇ ਗੁੜ ਦੀਆਂ, ਇਹ ਜਮਾਂ ਤੁਹਾਨੂੰ ਲੱਗਦਾ ਇਹ ਰਿਹਾ ਹੋਊਗਾ ਕਿ ਬਰਫੀ ਆ, ਪਰ ਇਹ ਗੁੜ ਹੈ, ਅਤੇ ਇਹਦੇ ਵਿੱਚ ਗਿਰੀਆਂ ਪਾਈਆਂ ਗਈਆਂ ਮੂੰਗਫਲੀ ਦੀਆਂ, ਨਾਰੀਅਲ ਦਾ ਵੀ ਜਿਹੜਾ ਸੌਂਫ ਵੀ ਪਾਈ ਹੈ, ਅਜਵਾਇਨ ਵੀ ਪਾਈ ਗਈ ਹੈ, ਅਤੇ ਪੂਰਾ ਜਿਹੜਾ ਬਾਪੂ ਜੀ ਉਹਨਾਂ ਦੇ ਵੱਲੋਂ ਇਹ ਡਿਜ਼ਾਇਨ ਤਿਆਰ ਕੀਤਾ ਗਿਆ। ਕਿਉਂਕਿ ਡਿਮਾਂਡ ਹਰੇਕ ਕਸਟਮਰ ਦੀ ਅਲੱਗ ਅਲੱਗ ਰਹਿੰਦੀ ਹੈ, ਕਿਸੇ ਕਸਟਮਰ ਨੂੰ ਕੁਛ ਪਸੰਦ ਆਉਂਦਾ ਅਤੇ ਕਿਸੇ ਕਸਟਮਰ ਨੂੰ ਕੋਈ ਚੀਜ਼ ਪਸੰਦ ਹੋ ਜਾਂਦਾ। ਤਸਵੀਰ ਤੁਸੀਂ ਵੇਖ ਸਕਦੇ ਹੋ, ਇੱਥੇ ਵੀ ਜਿਹੜਾ ਆਹ ਜਿਹੜਾ ਗੁੜ ਹੈ ਹੁਣ ਠੰਡਾ ਹੋ ਗਿਆ, ਇਹ ਹੁਣ ਠੰਡਾ ਹੋ ਕੇ ਹੁਣ ਵਿਕਣ ਨੂੰ ਤਿਆਰ ਆ। ਤਾਂ ਤਸਵੀਰਾਂ ਦੇਖ ਸਕਦੇ ਹੋ, ਬੇਬੇ ਹੋਣੀ ਆਈਆਂ ਨੇ ਗੁੜ ਲੈਣ ਦੇ ਲਈ, ਦੇਖ ਸਕਦੇ ਹੋ ਗੁੜ ਲੈਣ ਦੇ ਲਈ ਪਹੁੰਚੀਆਂ ਹੋਈਆਂ ਨੇ। ਇਹ ਵੀ ਕਿਉਂਕਿ ਖਾਸ ਤੌਰ 'ਤੇ ਕਹਿੰਦੇ ਨਾ, ਪੰਜਾਬ ਤੋਂ ਜਿਹੜਾ ਪੰਜਾਬੀ ਜਿਹੜੇ ਨੇ, ਗੁੜ ਖਾਧੇ ਬਿਨਾਂ ਰੋਟੀ ਜਿਹੜੀ ਸਾਨੂੰ ਅਧੂਰੀ ਲੱਗਦੀ ਹੈ ਕਿਤੇ ਨਾ ਕਿਤੇ। ਤਾਂ ਦੇਖ ਸਕਦੇ ਹੋ ਸ਼ੂਗਰ ਦੇ ਮਰੀਜ਼, ਵੈਸੇ ਕਿਹਾ ਜਾਂਦਾ ਕਿ ਖੰਡ ਖਾਣੀ ਨਹੀਂ, ਖੰਡ ਨਹੀਂ ਖਾਣੀ, ਪਰ ਗੁੜ ਜਿਹੜਾ, ਗੁੜ ਡਾਕਟਰ ਵੀ ਕੋਈ ਨਾ ਨਹੀਂ ਕਰਦਾ ਗੁੜ, ਕਿਉਂਕਿ ਅੱਜ ਤਾਂ ਖਾਸ ਤੌਰ 'ਤੇ ਦੁਕਾਨਾਂ ਵੀ ਖੁੱਲ੍ਹ ਗਈਆਂ ਨੇ ਗੁੜ ਵਾਲੀ ਚਾਹ ਦੀਆਂ, ਗੁੜ ਵਾਲੀ ਸਪੈਸ਼ਲ ਚਾਹ ਦੀਆਂ ਦੁਕਾਨਾਂ ਵੀ ਖੁੱਲ੍ਹ ਗਈਆਂ ਨੇ। ਦੇਖ ਸਕਦੇ ਹੋ ਤੁਸੀਂ ਤਸਵੀਰਾਂ, ਇਹ ਗੁੜ ਜਿਹੜਾ ਤਿਆਰ ਕੀਤਾ ਜਾ ਰਿਹਾ। ਬੇਬੇ ਹੋਣਾ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਬੇਬੇ ਕਿਵੇਂ ਦੇ ਦਿਓ? ਮੈਂ ਡਾਕਟਰ ਕਹਿੰਦੇ ਨੇ ਸ਼ੂਗਰ ਹੋਊਗੀ, ਖੰਡ ਨਹੀਂ ਖਾਣੀ, ਪਰ ਗੁੜ ਜਿਹੜਾ ਅੱਜ ਕੱਲ੍ਹ ਦੁਕਾਨਾਂ ਵੀ ਖੁੱਲ੍ਹ ਗਈਆਂ ਕਿ ਗੁੜ ਵਾਲੀ ਚਾਹ ਵਧੀਆ ਹੈ ਤਾਂ ਸਹੀ, ਗੁੜ ਵਧੀਆ। ਮੈਂ ਕਿਹਾ ਇਹ ਵੀ ਇੱਕ ਜਿਵੇਂ ਆਪਾਂ ਕਹਿੰਦੇ ਹਾਂ ਸਰੋਂ ਦਾ ਸਾਗ ਮੱਕੀ ਰੋਟੀ, ਗੁੜ ਵੀ ਪੰਜਾਬ ਦੇ ਵਿੱਚ ਅਲੱਗ ਨਿਸ਼ਾਨੀ ਹੈ। ਸਹੀ ਗੱਲ, ਸਹੀ ਗੱਲ, ਸਾਰੇ ਗੁੜ ਪਸੰਦ ਕਰਦੇ ਆ। ਤਾਂ ਤਸਵੀਰ ਇਹ ਤੁਸੀਂ ਗੁੜ ਦੀ ਦੇਖ ਸਕਦੇ ਹੋ, ਬਾਪੂ ਜੀ ਉਹਨਾਂ ਨੇ ਜਿਹੜਾ ਘਲਾੜ ਆ ਇਹ ਲਾਇਆ ਹੋਇਆ ਘਲਾੜ, ਇਹ ਘੱਟੋ ਘੱਟ ਇਹਨੂੰ ਹੋ ਗਏ ਹੈ 35 ਤੋਂ 40 ਸਾਲ ਦੇ ਕਰੀਬ, ਇਹਨਾਂ ਦਾ ਪੁਰਾਣਾ ਘਲਾੜ ਚੱਲ ਰਿਹਾ ਹੈ। ਅਤੇ ਦੇਖ ਸਕਦੇ ਹੋ ਭਾਰੀ ਗਿਣਤੀ ਦੇ ਵਿੱਚ ਜਿਹੜੇ ਇੱਥੇ ਗਾਹਕ ਰੋਜ਼ ਆਉਂਦੇ ਨੇ, ਅਤੇ ਨਾਲ ਹੀ ਸਵਾਲ ਲੈਂਦੇ ਨੇ ਗੁੜ ਖਾ ਕੇ, ਉਸ ਤੋਂ ਬਾਅਦ ਜਿਹੜਾ ਨਾਲ ਪੈਕ ਕਰਾ ਕੇ ਲੈ ਕੇ ਵੀ ਜਾਂਦੇ ਨੇ ਤਾਂ ਕਿ ਘਰ ਦੇ ਵਿੱਚ, ਕਿਉਂਕਿ ਅਮੂਮਨ ਤੌਰ 'ਤੇ ਸਵੀਟ ਡਿਸ਼ ਦੀ ਗੱਲ ਕਰਦੇ ਹਾਂ, ਅਸੀਂ ਕੁਛ ਮਿੱਠਾ ਖਾਣਾ ਪਸੰਦ ਕਰਦੇ ਹਾਂ ਰੋਟੀ ਖਾਣ ਤੋਂ ਬਾਅਦ, ਅਤੇ ਗੁੜ ਤੋਂ ਵਧੀਆ ਕੋਈ ਮਿੱਠੀ ਚੀਜ਼ ਨਹੀਂ ਹੈ। ਅਤੇ ਗੁੜ ਲਾਹੇਵੰਦ ਵੀ ਹੈ ਸਿਹਤ ਦੇ ਲਈ, ਫਾਇਦੇਮੰਦ ਵੀ ਹੈ, ਤਾਂ ਕਿ ਡਾਕਟਰ ਵੀ ਜਿਹੜੇ ਆ ਹਮੇਸ਼ਾ ਖੰਡ ਨੂੰ ਨਾ ਕਰਦੇ, ਪਰ ਗੁੜ ਨੂੰ ਨਾ ਕੋਈ ਨਹੀਂ ਕਰਦਾ। ਪੰਜਾਬ ਦੀ ਹਰ ਵੱਡੀ ਖਬਰ ਤੇ ਵੱਡਾ ਇੰਟਰਵਿਊ ਸਭ ਤੋਂ ਪਹਿਲਾਂ ਦੇਖਣ ਲਈ ਡਾਊਨਲੋਡ ਕਰੋ ਪ੍ਰੋ ਪੰਜਾਬ ਟੀਵੀ ਦਾ ਮੋਬਾਈਲ ਐਪ।